ਲੋਕ ਸਭਾ ਇਲੈਕਸ਼ਨ ਕਾ ਰਿਜ਼ਲਟ ਆ ਚੁੱਕਾ ਹੈ ਔਰ ਪੀ ਐੱਮ ਮੋਦੀ ਕੀ ਸਰਕਾਰ ਬਨਨਾ ਤੈਅ। ਪੰਜਾਬ ਕੇ ਅੰਦਰ ਹੁਆ ਇੱਕ ਬੱਦਾ ਹੀ ਮਜ਼ਾਕ। ਨੀਟੂ ਸ਼ਟਰਾਂ ਵਾਲਾ ਜਲੰਧਰ ਸੇ ਇੱਕ ਕੈਂਡੀਡੇਟ ਆਜ਼ਾਦ ਉਮੀਦਵਾਰ ਕੇ ਤੌਰ ਪਰ ਖੜ੍ਹੇ ਥੇ ਔਰ ਘਰ ਕੀ 9 ਵੋਟਿੰਗ ਥੀ ਔਰ 5 ਹੀ ਉਸਕੋ ਡਲੀ ਹੈ। ਰੋ ਰੋ ਕੇ ਬੇਚਾਰੇ ਕਾ ਬੁਰਾ ਹਾਲ ਹੈ ਔਰ ਵੀਡੀਓ ਬੜੀ ਤੇਜ਼ੀ ਕੇ ਸਾਥ ਵਾਇਰਲ ਹੋ ਰਹੀ ਹੈ। ਉਹਨੇ ਇੱਕ ਟੀ ਵੀ ਐਂਕਰ ਸੇ ਬਾਤ ਕਰਤੇ ਹੋਏ ਆਪਣਾ ਦੁਖੜਾ ਬਿਆਨ ਕੀਆ ਹੈ। ਆਪ ਇਸ ਵੀਡੀਓ ਕੇ ਬਾਰੇ ਮੇਂ ਬਤਾਏਂ ਕਿ ਕਿਆ ਆਪ ਇਸ ਬਾਈ ਕੀ ਬਾਤ ਸੇ ਸਹਿਮਤ ਹੈ ਔਰ ਦੋਸਤੋ ਦੇਖੇ ਇਹ ਵੀਡੀਓ। ਚਿੰਤਪੁਰਨੀ ਮਾਤਾ ਦੀ ਕਸਮ ਖਾ ਕੇ ਵੋਟਾਂ ਪਾਈਆਂ ਉਹਨਾਂ ਨੇ ਲੋਕਾਂ ਨੇ। ਕੀ ਲੱਗ ਰਿਹਾ ਤੁਹਾਨੂੰ, ਕੀ ਕਹਿਣਾ ਚਾਹੁੰਦੇ? ਸਹੀ, ਅੱਗੇ ਤੋਂ ਨਹੀਂ ਇਲੈਕਸ਼ਨ ਲੜਨੇ ਸਰ। ਮੈਂ ਜੇ ਇੱਦਾਂ ਲੜਨੇ ਤਾਂ ਫਾਇਦਾ ਕੀ ਆ, ਬੜੀ ਮਜਬੂਰੀ ਨਾਲ ਇਲੈਕਸ਼ਨ ਲੜੇ ਆ। ਜਲਦੀ ਹੌਸਲਾ ਛੱਡੀ ਜਾਂਦੇ ਸਰ, ਕੀ ਕਰੀਏ? ਵੋਟਾਂ ਹੀ ਪੰਜ ਪਈਆਂ ਸਰ ਸਾਨੂੰ, ਘਰ ਦੀਆਂ 9 ਵੋਟਾਂ ਤੁਸੀਂ ਕਹਿ ਰਹੇ ਹੋ। ਚਿੰਤਪੁਰਨੀ ਮਾਤਾ ਦੀ ਕਸਮ ਖਾ ਕੇ ਵੋਟਾਂ ਪਾਈਆਂ ਉਹਨਾਂ ਨੇ ਲੋਕਾਂ ਨੇ। ਕੀ ਲੱਗ ਰਿਹਾ ਤੁਹਾਨੂੰ, ਕੀ ਕਹਿਣਾ ਚਾਹੁੰਦੇ? ਸਹੀ, ਅੱਗੇ ਤੋਂ ਨਹੀਂ ਇਲੈਕਸ਼ਨ ਲੜਨੇ ਸਰ। ਮੈਂ ਜੇ ਇੱਦਾਂ ਲੜਨੇ ਤਾਂ ਫਾਇਦਾ ਕੀ ਆ, ਬੜੀ ਮਜਬੂਰੀ ਨਾਲ ਇਲੈਕਸ਼ਨ ਲੜੇ ਆ। ਜਲਦੀ ਹੌਸਲਾ ਛੱਡੀ ਜਾਂਦੇ ਸਰ, ਕੀ ਕਰੀਏ? ਵੋਟਾਂ ਹੀ ਪੰਜ ਪਈਆਂ ਸਰ ਸਾਨੂੰ, ਘਰ ਦੀਆਂ 9 ਵੋਟਾਂ ਤੁਸੀਂ ਕਹਿ ਰਹੇ ਹੋ।